ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਬੇਅੰਤ ਬਾਜਵਾ ਲੈ ਕੇ ਹਾਜ਼ਰ ਹਾਂ ਰਾਮ ਸਰੂਪਨਖੀ ਦਾ ਨਾਵਲ 1240। 1240 ਵਿੱਚ ਅੱਜ ਗੱਲ ਕਰਾਂਗੇ ਆਪਾਂ ਅਗਲੇ ਪਾਤਰ ਗੇਬੂ ਲੰਬਾ ਦੀ। ਆਓ ਸ਼ੁਰੂ ਕਰਦੇ ਹਾਂ ਅੱਜ ਦਾ ਐਪੀਸੋਡ ਗੇਬੂ ਲੰਬਾ ਦੇ ਨਾਲ। ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪਹਿਲੀ ਤੋਂ ਚੌਥੀ ਜਮਾਤ ਤੱਕ ਉਹ ਇਕੱਠੇ ਪੜ੍ਹੇ ਸਨ। ਉਹਨਾਂ ਦੇ ਅਗਵਾੜ ਵਿੱਚੋਂ ਉਹ ਦੋ ਮੁੰਡੇ ਹੀ ਸਨ, ਬਾਕੀ ਮੁੰਡੇ ਦੂਜੇ ਅਗਵਾੜਾਂ ਦੇ ਸਨ। ਕੁੱਲ 15 ਮੁੰਡਿਆਂ ਨੇ ਚੌਥੀ ਜਮਾਤ ਪਾਸ ਕੀਤੀ। ਕੁੜੀ ਕੋਈ ਨਹੀਂ ਸੀ। ਉਹਨਾਂ ਦਿਨਾਂ ਵਿੱਚ ਕੁੜੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਰਿਵਾਜ ਨਹੀਂ ਸੀ। ਕੁੜੀਆਂ ਜੇ ਦੋ ਚਾਰ ਕੋਈ ਗੁਰਮੁਖੀ ਅੱਖਰ ਸਿੱਖਦੀਆਂ ਤਾਂ ਉਹਨਾਂ ਲਈ ਸਾਧਾਂ ਦੇ ਡੇਰੇ ਸਨ। 5 ਗ੍ਰੰਥੀ ਪੜ੍ਹ ਜਾਣਾ ਉਹਨਾਂ ਲਈ ਸਭ ਤੋਂ ਉੱਚੀ ਪੜ੍ਹਾਈ ਸੀ। ਰੂਪ ਚੰਦ ਦਾ ਪਿਓ ਬੱਗਾ ਰਾਮ ਖੇਤੀ ਦਾ ਕੰਮ ਕਰਦਾ। ਉਹਦੇ ਕੋਲ ਜ਼ਮੀਨ ਤਾਂ ਵਾਹਵਾ ਸੀ, ਪਰ ਉਹ ਖੇਤੀ ਦੇ ਕੰਮ ਵਿੱਚ ਔਖਾ ਰਹਿੰਦਾ। ਉਹ ਚਾਹੁੰਦਾ ਸੀ ਕਿ ਉਹਦਾ ਮੁੰਡਾ ਪੜ੍ਹ ਲਿਖ ਜਾਵੇ ਅਤੇ ਛਾਂ ਵਿੱਚ ਬੈਠਿਆ ਕਰੇ। ਉਹ ਕੋਈ ਅਫਸਰ ਬਣੇ। ਉਹਦੇ ਲਈ ਸਭ ਤੋਂ ਵੱਡਾ ਅਫਸਰ ਪਿੰਡ ਦਾ ਮਾਲ ਪਟਵਾਰੀ ਸੀ। ਉਹਨਾਂ ਸਮਿਆਂ ਵਿੱਚ 4 ਜਮਾਤਾਂ ਪੜ੍ਹਿਆ ਮੁੰਡਾ ਪਟਵਾਰੀ ਲੱਗ ਜਾਂਦਾ ਸੀ। ਬੱਗੂ ਦੀ ਅੱਧੀ ਜ਼ਮੀਨ ਤਕੜੇ ਜੱਟਾਂ ਕੋਲ ਗਹਿਣੇ ਟਿੱਕੀ ਹੋਈ ਸੀ। ਉਹਦਾ ਸੁਪਨਾ ਸੀ ਕਿ ਰੂਪ ਪਟਵਾਰੀ ਬਣ ਕੇ ਜੱਟਾਂ ਨੂੰ ਲੁੱਟ ਲੁੱਟ ਪੈਸਾ ਇਕੱਠਾ ਕਰੇਗਾ ਅਤੇ ਉਹਦੀ ਗਹਿਣੇ ਧਰੀ ਸਾਰੀ ਜ਼ਮੀਨ ਛੁਡਵਾ ਲਵੇਗਾ। ਇਸ ਤੋਂ ਬਿਨਾਂ ਉਹ ਹੋਰ ਭੋਏ ਵੀ ਲੈ ਲਵੇਗਾ ਅਤੇ ਉਹ ਜੱਟਾਂ ਨਾਲੋਂ ਉੱਤੋਂ ਦੀ ਹੋ ਜਾਣਗੇ। ਪਰ ਰੂਪ ਨੂੰ ਪੜ੍ਹਨ ਦਾ ਇੰਨਾ ਸ਼ੌਂਕ ਸੀ ਕਿ ਉਹ ਪਿੰਡੋਂ 4 ਜਮਾਤਾਂ ਪਾਸ ਕਰਕੇ ਫਿਰ ਬਰਨਾਲੇ ਪੜ੍ਹਨ ਜਾ ਲੱਗਿਆ ਅਤੇ ਉੱਥੋਂ ਦੇ ਸਰਕਾਰੀ ਸਕੂਲ ਵਿੱਚੋਂ 10ਵੀਂ ਪਾਸ ਕੀਤੀ। ਉਹ ਬਰਨਾਲੇ ਹੀ ਰਹਿੰਦਾ। ਉੱਥੇ ਉਹਨਾਂ ਦੇ ਬੁੜਿਆਂ ਦੀ ਕੋਈ ਪੁਰਾਣੀ ਰਿਸ਼ਤੇਦਾਰੀ ਸੀ। ਉਹ 10ਵੀਂ ਤੋਂ ਵੀ ਅੱਗੇ ਤੁਰ ਪਿਆ ਅਤੇ ਪਟਿਆਲੇ ਜਾ ਕੇ ਐਫ.ਏ. ਜਾਣੇ 12ਵੀਂ ਜਮਾਤ ਪਾਸ ਕੀਤੀ। ਫਿਰ ਬੱਗੂ ਕਹਿੰਦਾ, ਮੈਂ ਨਹੀਂ ਤੈਨੂੰ ਹੋਰ ਪੜ੍ਹਾ ਸਕਦਾ, ਪਿੰਡ ਆ ਜਾ ਚੁੱਪ ਕਰਕੇ, ਕੋਈ ਨੌਕਰੀ ਕਰ। ਨੌਕਰੀ ਤਾਂ ਉਹਨੂੰ ਕੋਈ ਮਿਲੀ ਨਾ ਅਤੇ ਉਹ ਸਰਕਾਰ ਤੋਂ ਕਰਜ਼ਾ ਲੈ ਕੇ ਬੰਬੀ ਲਾਉਣ ਵਿੱਚ ਕਾਮਯਾਬ ਹੋ ਗਿਆ ਅਤੇ ਖੇਤੀ ਦਾ ਕੰਮ ਕਰਨ ਲੱਗਿਆ। ਬੱਗੂ ਦੇ ਹਰਾਸ ਟੁੱਟ ਗਏ। ਕਹਿੰਦਾ, ਮੈਂ ਤਾਂ ਤੈਨੂੰ ਪੜ੍ਹਾਇਆ ਸੀ ਬਈ ਤੂੰ ਸਾਂ ਵਿੱਚ ਬੈਠਾ ਕਰੇਗਾ, ਪਰ ਤੂੰ ਫੇਰ ਉਸੇ ਨਰਕ ਚਾ ਡਿੱਗਿਆ ਜਿੱਥੇ ਮੈਂ ਸੀ। ਉਹਨਾਂ ਦੇ ਅਗਵਾੜ ਦਾ ਦੂਜਾ ਮੁੰਡਾ ਸੀ ਗੇਬੂ ਉਰਫ ਗੁਰਦੇਵ ਸਿੰਘ। ਉਹ 4 ਜਮਾਤਾਂ ਕਰਕੇ ਹੀ ਘਰੇ ਬੈਠ ਗਿਆ। ਉਹਨਾਂ ਦਾ ਕੋਈ ਅਜਿਹਾ ਰਿਸ਼ਤੇਦਾਰ ਨਹੀਂ ਸੀ ਜਿਹੜਾ ਉਹਨੂੰ ਅੱਗੇ ਪੜ੍ਹਾ ਸਕਦਾ। ਗੇਬੂ ਦੇ ਪਿਓ ਹੋਰੀ 3 ਭਰਾ ਸਨ। ਸਭ ਤੋਂ ਵੱਡਾ ਭਾਈ ਉਹਦਾ ਤਾਇਆ ਨਾਭਾ ਰਿਆਸਤ ਵਿੱਚ ਅਹਿਲਕਾਰ ਸੀ। ਉਹਦੇ ਅਗਾਂਹ ਇੱਕ ਮੁੰਡਾ ਸੀ ਜਿਹੜਾ ਨਾਭੇ ਹੀ ਪੜ੍ਹਿਆ ਸੀ ਅਤੇ ਫਿਰ ਉੱਥੋਂ ਅੱਗੇ ਪੜ੍ਹਨ ਲਈ ਕਿਸੇ ਵੱਡੇ ਸ਼ਹਿਰ ਚਲਿਆ ਗਿਆ ਸੀ। ਜਦੋਂ ਗੇਬੂ ਨੇ ਚੌਥੀ ਜਮਾਤ ਪਾਸ ਕੀਤੀ ਤਾਂ ਉਹਦਾ ਪਿਓ ਮਰ ਗਿਆ। ਉਹਨਾਂ ਦਿਨਾਂ ਵਿੱਚ ਹੀ ਉਹਦਾ ਨਾਭੇ ਵਾਲਾ ਤਾਇਆ ਵੀ ਮਰ ਗਿਆ। ਗੇਬੂ ਦੇ ਪਿਓ ਨੇ ਉਹਨੂੰ ਇਸ ਲਈ ਸਕੂਲ ਪੜ੍ਹਨ ਲਾਇਆ ਸੀ ਕਿ ਉਹ ਚੌਥੀ ਜਮਾਤ ਤੋਂ ਬਾਅਦ ਨਾਭੇ ਆਪਣੇ ਤਾਇਆ ਜੀ ਕੋਲ ਪੜ੍ਹੇਗਾ, 10ਵੀਂ ਕਰ ਜਾਵੇਗਾ ਅਤੇ ਉਹਦੇ ਤਾਇਆ ਜੀ ਉਹਨੂੰ ਕਿਸੇ ਨੌਕਰੀ ਉੱਤੇ ਲਗਵਾ ਦੇਣਗੇ। ਗੇਬੂ ਦਾ ਛੋਟਾ ਤਾਇਆ ਉਹਦੇ ਬਾਪ ਵਾਂਗ ਹੀ ਅਨਪੜ੍ਹ ਸੀ। ਉਹਨੇ ਅਗਾਂਹ 3 ਮੁੰਡੇ ਸਨ, ਉਹ ਵੀ ਅਨਪੜ੍ਹ ਸਨ। ਹੁਣ ਬਸ ਗੇਬੂ ਸੀ ਅਤੇ ਉਹਦੀ ਮਾਂ। ਮਾਂ ਨੂੰ ਸਾਹ ਦੀ ਬਿਮਾਰੀ ਸੀ ਅਤੇ ਫਿਰ ਗੇਬੂ ਨੂੰ ਵੀ ਸਾਹ ਰਹਿਣ ਲੱਗਿਆ। ਉਹ ਤੋਂ ਖੇਤੀ ਦਾ ਕੰਮ ਤਾਂ ਹੁੰਦਾ ਨਹੀਂ ਸੀ, ਜ਼ਮੀਨ ਵੀ ਥੋੜ੍ਹੀ ਸੀ, ਉਹ ਘਰ ਵਿਹਲਾ ਹੀ ਰਹਿੰਦਾ। ਜ਼ਮੀਨ ਜਿਹੜੀ ਉਹਨਾਂ ਦੇ ਹਿੱਸੇ ਹੀ ਥੋੜ੍ਹੀ ਘਣੀ ਸੀ, ਉਹਨੂੰ ਉਹਦੇ ਤਾਏ ਦੇ ਮੁੰਡੇ ਵਾਹੁੰਦੇ ਬੀਜਦੇ ਅਤੇ ਗੇਬੂ ਦੀ ਮਾਂ ਨੂੰ ਫਸਲ ਦਾ ਅੱਧਾ ਹਿੱਸਾ ਦੇ ਦਿੰਦੇ। ਗੇਬੂ ਦੀ ਮਾਂ ਦਾ ਕੋਈ ਲੰਬਾ ਚੌੜਾ ਖਰਚ ਨਹੀਂ ਸੀ, ਮਾਂ ਪੁੱਤ ਦਾ ਖਾਣ ਪੀਣ ਸੀ ਬਸ, ਉਹਨਾਂ ਦਾ ਗੁਜ਼ਾਰਾ ਸੀ। ਜਦੋਂ ਰੂਪਚੰਦ ਪਟਿਆਲੇ ਤੋਂ 12 ਜਮਾਤਾਂ ਪਾਸ ਕਰਕੇ ਪਿੰਡ ਆਇਆ ਅਤੇ ਖੇਤੀ ਦਾ ਕੰਮ ਕਰਨ ਲੱਗਿਆ ਤਾਂ ਹਾਲਾਤ ਬਹੁਤ ਬਦਲ ਚੁੱਕੇ ਸਨ। ਗੇਬੂ ਦੇ ਨਾਭੇ ਵਾਲੇ ਤਾਇਆ ਜੀ ਦਾ ਲੜਕਾ ਵਕੀਲ ਬਣ ਕੇ ਬਰਨਾਲੇ ਆ ਵਸਿਆ ਸੀ। ਪਿੰਡ ਵਾਲੇ ਦੂਜੇ ਤਾਏ ਦਾ ਇੱਕ ਛੋਟਾ ਮੁੰਡਾ ਵਿਆਹਿਆ ਗਿਆ ਸੀ, ਦੂਜੇ ਦੋ ਮੁੰਡੇ ਉਹਦੇ ਚੁੱਲ੍ਹੇ ਉੱਤੇ ਹੀ ਸਨ। ਵਕੀਲ ਮੁੰਡੇ ਨੇ ਆਪਣੇ ਹਿੱਸੇ ਦੀ ਜ਼ਮੀਨ ਚਾਚੇ ਦੇ ਵਿਆਹੇ ਮੁੰਡੇ ਨੂੰ ਸੰਭਾਲ ਲਈ ਰੱਖੀ ਸੀ। ਉਹ ਤਾਂ ਕੋਈ ਹਿੱਸਾ ਠੇਕਾ ਨਹੀਂ ਲੈਂਦਾ ਸੀ। ਵਕੀਲ ਮੁੰਡਾ ਕਦੇ ਕਦੇ ਪਿੰਡ ਗੇੜਾ ਮਾਰਦਾ, ਜ਼ਮੀਨ ਕਰਕੇ ਨਹੀਂ, ਬਸ ਪਿੰਡ ਦੇ ਲੋਕਾਂ ਵਿੱਚ ਵਕੀਲ ਵਜੋਂ ਆਪਣੀ ਪਰਚੋ ਵਧਾਉਣ ਲਈ। ਉਹ ਪਿੰਡ ਦੇ ਸਾਂਝੇ ਹਿੱਤਾਂ ਦੇ ਕੇਸ ਹੀ ਲੈਂਦਾ, ਦੋ ਧਿਰਾਂ ਦੇ ਝਗੜੇ ਵਾਲੇ ਕੇਸ ਨਹੀਂ ਲੜਦਾ ਸੀ। ਹੁਣ ਧਰਮਗੜ੍ਹ ਦੇ ਸਾਰੇ ਲੋਕ ਇੱਕੋ ਸਨ। ਰੂਪਚੰਦ ਦਾ ਆਪਣਾ ਵਿਆਹ ਵੀ ਹੋ ਚੁੱਕਿਆ ਸੀ, ਉਹਦੀ ਬਹੂ ਕੋਲ ਮੁੰਡਾ ਸੀ, ਪਰ ਬਹੂ ਨਿਰਾਸ਼ ਸੀ। ਉਹਦੇ ਮਾਪਿਆਂ ਨੇ ਤਾਂ ਉਹਦੀਆਂ 12 ਜਮਾਤਾਂ ਵੇਖੀਆਂ ਸਨ, ਸੋਚਿਆ ਹੋਵੇਗਾ ਕਿ ਉਹ ਕੋਈ ਸਰਕਾਰੀ ਨੌਕਰੀ ਕਰੇਗਾ, ਪਰ ਬਹੂ ਨੂੰ ਤਾਂ ਡੰਗਰਾਂ ਦਾ ਗੋਹਾ ਕੂੜਾ ਕਰਨਾ ਪੈਂਦਾ। ਉਹ ਖੇਤ ਨੂੰ ਰੋਟੀ ਲੈ ਕੇ ਜਾਂਦੀ, ਰੂਪਚੰਦ ਪੈਸੇ ਟਕੇ ਵਜੋਂ ਹਮੇਸ਼ਾ ਥੁੜਿਆ ਰਹਿੰਦਾ। ਖੇਤ ਵਿੱਚ 2 ਪੁਰਾਣੇ ਨਿੰਬੂਆਂ ਦੇ ਬੂਟੇ ਸਨ। ਇੱਕ ਵਾਰ ਉਹ ਬਰਨਾਲੇ ਨਿੰਬੂ ਵੇਚ ਕੇ ਆਇਆ ਤਾਂ ਕਿਤੇ ਜਾ ਕੇ ਡੀਜ਼ਲ ਦੀ ਢੋਲੀ ਮਿਲੀ, ਨਹੀਂ ਤਾਂ ਉੱਧਰ ਫਸਲ ਸੁੱਕੀ ਜਾਂਦੀ ਸੀ। ਰੂਪਚੰਦ ਖੇਤੀ ਕਰਨ ਲੱਗਿਆ ਤਾਂ ਗੇਬੂ ਨਾਲ ਉਹਦੀ ਮੁੜ ਕੇ ਲਿਹਾਜ਼ ਪੈ ਗਈ। ਉਹਨਾਂ ਦੀ ਦਾਰੂ ਪੀਣ ਦੀ ਲਿਹਾਜ਼ ਸੀ, ਦੋਵਾਂ ਨੂੰ ਆਥਣ ਵੇਲੇ ਪਊਏ ਪਊਏ ਦੀ ਲੋੜ ਹੁੰਦੀ। ਰੂਪਚੰਦ ਖੇਤੋਂ ਥੱਕਿਆ ਟੁੱਟਿਆ ਆਉਂਦਾ ਸੀ, ਗੇਬੂ ਦਮੇ ਦਾ ਮਰੀਜ਼ ਸੀ। ਦਾਰੂ ਪੀ ਕੇ ਉਹਨਾਂ ਨੂੰ ਚੰਗੀ ਨੀਂਦ ਆ ਜਾਂਦੀ, ਉਹ ਘਰ ਦੀ ਕੱਢੀ ਦਾਰੂ ਪੀਂਦੇ,
ਪਿੰਡ ਵਿੱਚ ਕਈ ਬੰਦੇ ਇਹ ਘਰ ਦੀ ਕੱਢ ਕੇ ਦਾਰੂ ਵੇਚਣ ਦਾ ਧੰਦਾ ਕਰਦੇ ਸਨ। ਬਹੁਤੀ ਦਾਰੂ ਉਸੇ ਦੀ ਵਿਕਦੀ ਜਿਹਦੀ ਖਰੀ ਹੁੰਦੀ। ਰੂਪ ਤੇ ਗੇਬੂ ਨੂੰ ਸਾਰੇ ਅੱਡਿਆਂ ਦਾ ਪਤਾ ਸੀ। ਉਹ ਨਿੱਤ ਹੱਥ ਨੇ ਦੋ ਦੋ ਰੁਪਈਏ ਪਾਉਂਦੇ, ਇੱਕ ਅਧੀਆ ਵਧੀਆ ਆ ਜਾਂਦਾ ਅਤੇ ਦੋ ਆਂਡੇ ਵੀ। ਉਹਨਾਂ ਦੀ ਸ਼ਾਮ ਵਧੀਆ ਲੰਘਦੀ। ਆਂਡੇ ਉਹ ਉਸ ਦਿਨ ਹੀ ਲੈ ਕੇ ਆਉਂਦੇ ਜਿਸ ਦਿਨ ਗੇਬੂ ਦੇ ਘਰ ਪੀਣੀ ਹੁੰਦੀ। ਗੇਬੂ ਦੀ ਮਾਂ ਵਿੱਚ ਆਲੂ ਪਾ ਕੇ ਆਂਡਿਆਂ ਦੀ ਤਰੀ ਵਾਲੀ ਸਬਜ਼ੀ ਬਣਾ ਲੈਂਦੀ ਸੀ। ਤਰੀ ਖਾਸੀ ਰੱਖਦੀ, ਉਹਨਾਂ ਦਾ ਵੀ ਸਰ ਜਾਂਦਾ ਅਤੇ ਬਾਅਦ ਵਿੱਚ ਗੇਬੂ ਅਤੇ ਉਹਦੀ ਮਾਂ ਆਂਡਿਆਂ ਦੀ ਸਬਜ਼ੀ ਨਾਲ ਰੋਟੀ ਵੀ ਖਾ ਲੈਂਦੇ ਸਨ। ਗੇਬੂ ਦੀ ਮਾਂ ਨੂੰ ਵੀ ਦਮਾ ਸੀ, ਉਹ ਇੱਕ ਪੈਗ ਮਾਂ ਨੂੰ ਵੀ ਦੇ ਦਿੰਦਾ ਜਿਸ ਨੂੰ ਉਹ ਦਵਾਈ ਸਮਝ ਕੇ ਪੀ ਲੈਂਦੀ। ਉਸ ਦਿਨ ਮਾਂ ਨੂੰ ਵੀ ਚੰਗੀ ਨੀਂਦ ਆਉਂਦੀ ਸੀ। ਉਹਨਾਂ ਦਾ ਦੂਜਾ ਅੱਡਾ ਸੀ ਬੋਹੜ ਦਾ ਘਰ। ਬੋਹੜ ਹਾਲੇ ਜਿਉਂਦਾ ਸੀ ਅਤੇ ਕਾਫੀ ਬੁੱਢਾ ਹੋ ਚੁੱਕਿਆ ਸੀ, ਪਰ ਦਾਰੂ ਪੀ ਲੈਂਦਾ ਸੀ। ਉਹ ਜਾਂਦੇ ਤਾਂ ਉਹ ਖੁਸ਼ ਹੁੰਦਾ, ਖਿੜ ਉੱਠਦਾ, ਉਹ ਰੂਪ ਦਾ ਬੇਹੱਦ ਸਵਾਗਤ ਕਰਦਾ। ਕਾਰਨ ਇਹ ਸੀ ਕਿ ਰੂਪ ਦਾ ਪਿਓ ਬੱਗੂ ਬੋਹੜ ਦਾ ਮਿੱਤਰ ਸੀ। ਬੱਗੂ ਸ਼ਰਾਬ ਤਾਂ ਨਹੀਂ ਪੀਂਦਾ ਸੀ, ਨਾ ਹੀ ਉਹਦੀ ਕੋਈ ਹੋਰ ਮਾੜੀ ਚੰਗੀ ਗੱਲ ਕਿਸੇ ਨੇ ਸੁਣੀ ਸੀ। ਉਸ ਨੂੰ ਬਸ ਗੱਲਾਂ ਸੁਣਨ ਦਾ ਚਸਕਾ ਸੀ। ਮੁਟਕੜੀ ਜਿਹੀ ਮਾਰ ਕੇ ਬੈਠ ਜਾਂਦਾ ਅਤੇ ਬੋਹੜ ਨੂੰ ਸੁਣੀ ਜਾਂਦਾ। ਬੋਹੜ ਕੋਲ ਬਦਮਾਸ਼ ਬੰਦੇ ਆਉਂਦੇ ਜਾਂਦੇ ਸਨ। ਉਹ ਬੰਦੇ ਵੀ ਆਉਂਦੇ ਸਨ ਜਿਹੜੇ ਔਰਤਾਂ ਦਾ ਵਪਾਰ ਕਰਦੇ। ਕਦੇ ਕਦੇ ਮੁੱਲ ਦੀ ਤੀਵੀਂ ਕੋਈ ਬੋਹੜ ਦੇ ਅੱਡੇ 'ਤੇ ਵੀ ਰਾਤ ਕੱਟ ਕੇ ਜਾਂਦੀ। ਉਸ ਦਿਨ ਤਾਂ ਦਾਰੂ ਪਿਆਲਾ ਪੂਰਾ ਖੜਕਦਾ, ਮੀਟ ਵੀ ਬਣਦਾ। ਇੱਕ ਦਿਨ ਇੱਕ ਤੀਵੀਂ ਆਈ ਸੀ, ਬੋਹੜ ਬੰਦਿਆਂ ਦੇ ਨਾਲ ਹੀ ਕਿਧਰੇ ਚਲਿਆ ਗਿਆ। ਸਿਆਲਾਂ ਦੇ ਦਿਨ ਸਨ, ਤੀਵੀਂ ਕੋਲ ਉਹ ਬੱਗੂ ਨੂੰ ਉਹਦੀ ਰਾਖੀ ਲਈ ਛੱਡ ਗਏ ਸਨ। ਡਰ ਸੀ ਤੀਵੀਂ ਕਿਧਰੇ ਭੱਜ ਨਾ ਜਾਵੇ। ਉਹ ਤੜਕੇ ਆਏ ਤਾਂ ਦੇਖਿਆ ਕਿ ਬੈਠਕ ਨੂੰ ਅੰਦਰਲਾ ਕੁੰਡਾ ਲੱਗਿਆ ਹੋਇਆ ਸੀ। ਕੁੰਡਾ ਖਲਵਾਇਆ ਤਾਂ ਉਹ ਅੰਦਰ ਮੰਜੇ ਨਾਲ ਲੱਤਾਂ ਬਾਹਾਂ ਤੋਂ ਬੰਨੀ ਪਈ। ਓਏ ਕੰਜਰ ਦਿਆ ਬਾਹਮਣਾ, ਆਹ ਕੀ ਓਏ? ਹੋਰ ਮੈਂ ਕੀ ਕਰਦਾ, ਇਹ ਤਾਂ ਰਾਤ ਨੂੰ ਉੱਠ ਉੱਠ ਮੰਜੇ ਤੇ ਮੇਰੇ ਨਾਲ ਪੈਣ ਨੂੰ ਕਹਿੰਦੀ ਸੀ। ਮੈਂ ਬਥੇਰਾ ਸਮਝਾਇਆ ਬਈ, ਇਹੋ ਜਿਹਾ ਨਹੀਂ ਹੈਗਾ, ਮੈਂ ਤਾਂ ਤੇਰੀ ਰਾਖੀ ਹਾਂ, ਪਰ ਇਹ ਹਟਦੀ ਨਹੀਂ ਸੀ। ਫਿਰ ਮੈਂ ਬੰਨਤਾ ਇਹਨੂੰ ਰੱਸਿਆਂ ਨਾਲ, ਉਹ ਸਾਰੇ ਤਾੜੀਆਂ ਮਾਰ ਮਾਰ ਹੱਸੀ ਜਾਣ। ਬੋਹੜ ਉਹਦੀ ਤਾਰੀਫ ਕਰ ਰਿਹਾ ਸੀ। ਦੇਖਿਆ ਫਿਰ ਇਹ ਹੈ ਸਾਡਾ ਬੱਗਾ ਰਾਮ, ਇਹਦੀ ਤਾਂ ਜਮਾਂ ਨਿਸ਼ਾ ਹੈ ਭਾਈ। ਹੋਰ ਹੁੰਦਾ ਕੋਈ, ਥੋੜੀ ਤੀਵੀਂ ਲੈ ਕੇ ਭੱਜ ਜਾਂਦਾ ਕਿਧਰੇ। ਬੋਹੜ ਭਾਵੇਂ ਬੁੱਢਾ ਸੀ ਪਰ ਉਹ ਆਪਣੀ ਰੋਟੀ ਆਪ ਬਣਾਉਂਦਾ। ਚੁੱਲ੍ਹਾ ਬਾਲ ਕੇ ਹੌਲੀ ਹੌਲੀ ਉੱਠਦਾ ਬਹਿੰਦਾ, ਦਾਲ ਸਬਜ਼ੀ ਰਿੰਨ ਲੈਂਦਾ, ਹੌਲੀ ਹੌਲੀ ਦੋ ਚਾਰ ਰੋਟੀਆਂ ਪਕਾ ਲੈਂਦਾ, ਐਨ ਸ਼ੌਂਕ ਨਾਲ ਰੋਟੀ ਬਣਾਉਂਦਾ। ਉਹਦਾ ਖਾਣ ਪੀਣ ਪਹਿਲਾਂ ਵਾਂਗ ਹੀ ਵਧੀਆ ਸੀ। ਡਾਲਡਾ ਘਿਓ ਚਾਹੇ ਚੱਲ ਪਿਆ ਸੀ ਪਰ ਉਹ ਦੇਸੀ ਘਿਓ ਵਰਤਦਾ। ਜਦੋਂ ਕਦੇ ਰੂਪ ਤੇ ਗੇਬੂ ਆਉਂਦੇ, ਉਹਨਾਂ ਨੂੰ ਪਾਣੀ ਧਾਣੀ ਦੇ ਨਾਲ ਨਾਲ ਦਾਲ ਸਬਜ਼ੀ ਵੀ ਕੌਲੀਆਂ ਵਿੱਚ ਦੇ ਦਿੰਦਾ। ਨਾ ਬਣੀ ਹੁੰਦੀ ਤਾਂ ਦਾਲ ਤਾਂ ਸਬਜ਼ੀ ਬਣਾ ਦਿੰਦਾ। ਉਹਨਾਂ ਦੀ ਦਾਰੂ 'ਚੋਂ ਆਪ ਨਹੀਂ ਪੀਂਦਾ ਸੀ, ਸਗੋਂ ਆਖਦਾ ਥੋੜ੍ਹੀ ਰਹਿ ਗਈ ਤਾਂ ਪੰਡਤਾਂ ਹੋਰ ਪਈ ਆ ਆਪਣੇ ਕੋਲ, ਲਿਆ ਕੇ ਦੇਵਾਂ ਮੈਂ। ਹੱਸਣ ਲੱਗਦਾ, ਤੂੰ ਤਾਂ ਭਾਈ ਸਭ ਖਾ ਪੀ ਲੈਂਦਾ, ਖੈਰ ਕੋਈ ਡਰ ਨਹੀਂ। ਬੱਗੂ ਨਹੀਂ ਧਰਦਾ ਸੀ ਮੂੰਹ ਤੇ ਕੋਈ ਚੀਜ਼, ਦਾਰੂ ਜਾਂ ਮਾਸ ਨੂੰ ਦੇਖ ਕੇ ਤਾਂ ਨੱਕ ਤੇ ਕੱਪੜਾ ਧਰ ਲੈਂਦਾ। ਉਹਨਾਂ ਦਾ ਤੀਜਾ ਅੱਡਾ ਸੀ ਗੌਰਾਂ ਦਾ ਘਰ। ਰੂਪ ਦੀ ਮਾਂ ਇਸਤਰੀ ਅਤੇ ਗੈਰਾਂ ਦਾ ਇੱਕ ਗੋਤ ਸੀ, ਇਸ ਲਈ ਸ਼ੁਰੂ ਤੋਂ ਹੀ ਰੂਪ ਗੌਰਾਂ ਨੂੰ ਮਾਸੀ ਆਖਦਾ। ਮਾਸੀ ਕਹਾ ਕੇ ਉਹ ਖੁਸ਼ ਰਹਿੰਦੀ ਅਤੇ ਉਹਦੇ ਨਾਲ ਲਾਚੜ ਲਾਚੜ ਕੇ ਗੱਲਾਂ ਕਰਦੀ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਜੱਗੇ ਨੂੰ ਕਿਸੇ ਪਾਸਿਓਂ ਕੋਈ ਆਮਦਨ ਨਹੀਂ ਰਹਿ ਗਈ ਸੀ। ਉਹਦੇ ਹਿੱਸੇ ਦੀ ਜ਼ਮੀਨ ਦਾ ਦਾਣਾ ਫੱਕਾ ਸੀ ਬਸ, ਉਹ ਸਾਰਾ ਸਾਰਾ ਦਿਨ ਬੈਠਕ ਵਿੱਚ ਪਿਆ ਰਹਿੰਦਾ। ਉਹਦੇ ਦਿਮਾਗ ਵਿੱਚ ਸੋਚਾਂ ਵੀ ਨਹੀਂ ਰਹਿ ਗਈਆਂ ਸਨ, ਬਸ ਐਵੇਂ ਜਿਵੇਂ ਦਿਨ ਕੱਟੀ ਜਿਹੀ ਕਰਦਾ। ਆਥਣ ਵੇਲੇ ਕੋਈ ਉਹਨੂੰ ਦੋ ਘੁੱਟਾਂ ਪਿਆ ਜਾਂਦਾ ਤਾਂ ਉਹਨੂੰ ਰੋਟੀ ਕੁਝ ਸਵਾਦ ਲੱਗਦੀ ਅਤੇ ਨੀਂਦ ਆ ਜਾਂਦੀ। ਜਿਸ ਦਿਨ ਉਹਨੂੰ ਦਾਰੂ ਨਹੀਂ ਮਿਲਦੀ ਸੀ ਉਹ ਮੁਰਦਲਾ ਜਿਹਾ ਬਣਿਆ, ਟੁੱਕ ਦੀਆਂ ਦੋ ਬੁਰਕੀਆਂ ਅੰਦਰ ਸੁੱਟਦਾ ਅਤੇ ਪਾਸੇ ਮਾਰ ਮਾਰ ਰਾਤ ਕੱਟ ਲੈਂਦਾ। ਗੌਰਾਂ ਨੂੰ ਵੀ ਕਦੇ ਕਦੇ ਪੀਣ ਨੂੰ ਮਿਲਦੀ। ਰੂਪ ਤੇ ਗੇਬੂ ਹੱਥ ਨੇ ਉਸ ਵੇਲੇ ਜੱਗੇ ਦੇ ਘਰ ਜਾਂਦੇ ਜਦੋਂ ਗੌਰਾਂ ਰੋਟੀ ਪਕਾ ਰਹੀ ਹੁੰਦੀ। ਰੂਪ ਜਾਣ ਸਾਰ ਆਖਦਾ, ਮਾਸੀ ਮੱਥਾ ਟੇਕਦਾ, ਜਿਉਂਦਾ ਰਹਿ ਭਾਈ, ਠੀਕ ਹੈ? ਤੇਰੀ ਮਾਂ ਦਾ ਕੀ ਹਾਲ ਹੈ? ਗੌਰਾਂ ਪੁੱਛਦੀ, ਮਾਂ ਦੇ ਕੀ ਗੋਲੀ ਵੱਜੀ ਹੈ? ਮਾਸੀ ਦੋ ਗਲਾਸ ਦੇਈਂ। ਉਹ ਲਾਚੜਿਆ ਹੁੰਦਾ, ਗੌਰਾਂ ਨੂੰ ਪਤਾ ਹੁੰਦਾ ਕਿ ਉਹ ਪੀਣ ਆਏ ਹਨ, ਉਹ ਦੋ ਗਲਾਸ ਤੇ ਪਾਣੀ ਦੀ ਗੜਬੀ ਦੇ ਦਿੰਦੀ। ਗੇਬੂ ਪਰੰਪਰਾ ਰਹਿੰਦਾ ਸੀ ਸੰਗਦਾ ਸ਼ਰਮਾਉਂਦਾ ਜਿਹਾ, ਉਹ ਦੋ ਦੋ ਪੈਗ ਛੇਤੀ ਛੇਤੀ ਹੀ ਲੈਂਦੇ ਅਤੇ ਤੀਜੇ ਪੈਗ ਨੂੰ ਗੇਬੂ ਆਖਦਾ ਇੱਕ ਪੈਗ ਮਾਸੀ ਨੂੰ ਦੇ ਆ, ਓਏ ਆਪਦੀ ਨੂੰ, ਨਾਲੇ ਕੋਈ ਦਾਲ ਦੱਪਾ ਹੈਗਾ ਫੜ ਲਿਆ। ਇੱਕ ਗਲਾਸ ਵਿੱਚ ਖਾਸੀ ਜਿਹੀ ਪਾ ਕੇ ਰੂਪ ਚੁੱਲ੍ਹੇ ਕੋਲ ਜਾਂਦਾ ਅਤੇ ਆਖਦਾ, ਮਾਸੀ ਆਹ ਫੜੀ ਕਰਾਂ। ਉਹ ਗਲਾਸ ਫੜਨ ਤੋਂ ਪਹਿਲਾਂ ਹੀ ਉਹਨੂੰ ਗਾਲਾਂ ਕੱਢਣ ਲੱਗਦੀ, ਵੇ ਟੁੱਟ ਜਾਣਿਆ, ਵੇ ਦਾਦੇ ਮੰਗਾਉਣਿਆ, ਇਹ ਕੀ ਹੈ ਵੇ। ਨਾਲੇ ਝੱਟ ਗਲਾਸ ਫੜ ਕੇ ਚੁੱਲ੍ਹੇ ਦੇ ਬੱਟੇ ਨਾਲ ਰੱਖ ਲੈਂਦੀ, ਇੱਕ ਕੌਲੀ 'ਚ ਦਾਲ ਦੀਆਂ ਦੋ ਕੜਛੀਆਂ ਪਾਉਂਦੀ ਅਤੇ ਵਿੱਚ ਦੋ ਚਮਚੇ ਰੱਖ ਕੇ ਰੂਪ ਨੂੰ ਫੜਾ ਦਿੰਦੀ। ਉਹ ਅੰਦਰ ਜਾਂਦਾ ਹੋਇਆ ਇੱਕ ਵਾਧੂ ਗਲਾਸ ਵੀ ਮਾਸੀ ਤੋਂ ਫੜ ਲਿਜਾਂਦਾ ਸੀ। ਉਹ ਤੀਜਾ ਪੈਗ ਪਾਉਣ ਵੇਲੇ ਇੱਕ ਪੈਗ ਬੈਠਕ ਵਿੱਚ ਬੈਠੇ ਜੱਗੇ ਨੂੰ ਵੀ ਦੇ ਆਉਂਦੇ, ਖਾਸਾ ਗਲਗਸਾ ਜਿਹਾ ਕਰਕੇ। ਮਾਸੀ ਦੇ ਘਰ ਜਾਣ ਵਾਲੇ ਦਿਨ ਉਹ ਅਧੀਏ ਤੋਂ ਵੱਧ ਕੁਝ ਦਾਰੂ ਲੈ ਕੇ ਜਾਂਦੇ, ਨਹੀਂ ਤਾਂ ਉਹਨਾਂ ਦਾ ਆਪਣਾ ਸਰਦਾ ਨਹੀਂ ਸੀ। ਤੀਜੇ ਪੈਗ ਨੂੰ ਹੀ ਬੋਤਲ ਖਾਲੀ ਹੋ ਜਾਂਦੀ, ਉਹ ਮਾਸੀ ਨੂੰ ਸਤਿ ਸ਼੍ਰੀ ਅਕਾਲ ਬੁਲਾ ਆਉਂਦੇ। ਉਸ ਅਗਵਾੜ ਵਿੱਚ ਗੁਰਦੇਵ ਨਾਂ ਦੇ ਦੋ ਮੁੰਡੇ ਸਨ, ਦੋਵਾਂ ਨੂੰ ਗੇਬੂ ਆਖਦੇ।
ਇੱਕ ਗੇਬੂ ਮਧਰੇ ਕੱਦ ਦਾ ਸੀ। ਇਹ ਗੇਬੂ ਕੱਦ ਦਾ ਲੰਬਾ ਤੇ ਸਰੀਰ ਦਾ ਪਤਲਾ ਸੀ, ਸੁੱਕਿਆ ਜਿਹਾ ਤਾਂਬੜ ਦਾ ਭਾਂਬੜ। ਇਹਨੂੰ ਗੇਬੂ ਲੰਬਾ ਆਖਦੇ। ਉਂਜ ਗੇਬੂ ਲੰਬਾ ਸਾਰੇ ਪਿੰਡ ਵਿੱਚ ਮਸ਼ਹੂਰ ਸੀ। ਗੇਬੂ ਮਧਰੇ ਦੀ ਪਿੰਡ ਵਿੱਚ ਐਡੀ ਕੋਈ ਖਾਸ ਗੱਲ ਨਹੀਂ ਸੀ, ਉਹ ਅਨਪੜ੍ਹ ਵੀ ਸੀ, ਨਿਰਾ ਜੱਟ ਦਾ ਜੱਟ। ਗੇਬੂ ਲੰਬਾ ਉਰਦੂ ਦੀਆਂ ਚਾਰ ਜਮਾਤਾਂ ਪੜ੍ਹਿਆ ਹੋਣ ਕਰਕੇ ਅਖਬਾਰ ਪੜ੍ਹ ਲੈਂਦਾ, ਸੱਥ ਵਿੱਚ ਬੈਠੇ ਲੋਕਾਂ ਨੂੰ ਉਹ ਅਖਬਾਰ ਪੜ੍ਹ ਕੇ ਵੀ ਸੁਣਾਉਂਦਾ। ਉਹਨਾਂ ਦਿਨਾਂ ਵਿੱਚ ਤੇਜ ਨਾਂ ਦਾ ਇੱਕ ਉਰਦੂ ਅਖਬਾਰ ਪਿੰਡ ਵਿੱਚ ਨਿੱਤ ਆਉਂਦਾ ਸੀ। ਅਸਲ ਵਿੱਚ ਇਹ ਅਖਬਾਰ ਪਿੰਡ ਦਾ ਸਰਦਾਰ ਨਿੱਤ ਕਿਸੇ ਦੇ ਹੱਥ ਬਰਨਾਲੇ ਤੋਂ ਮੰਗਵਾਉਂਦਾ ਹੁੰਦਾ। ਸਰਦਾਰ ਦੇ ਘਰੋਂ ਗੇਬੂ ਲੰਬਾ ਇਹ ਅਖਬਾਰ ਸ਼ਾਮ ਨੂੰ ਚੁੱਕ ਲਿਆਉਂਦਾ ਸੀ। ਉਹਨਾਂ ਦਿਨਾਂ ਵਿੱਚ ਪਾਕਿਸਤਾਨ ਤਾਜ਼ਾ ਬਣਿਆ ਸੀ। ਲੋਕ ਜਾਣਨਾ ਚਾਹੁੰਦੇ ਕਿ ਮੁਹੰਮਦ ਅਲੀ ਜਨਾਹ ਕੀ ਕਹਿੰਦਾ ਹੈ ਅਤੇ ਜਵਾਹਰ ਲਾਲ ਨਹਿਰੂ ਨੇ ਕੀ ਬਿਆਨ ਦਿੱਤਾ। ਗੇਬੂ ਪਹਿਲਾਂ ਤਾਂ ਆਪ ਗੁਣਗੁਣ ਕਰਕੇ ਮੂੰਹ ਵਿੱਚ ਹੀ ਖਬਰ ਪੜ੍ਹਦਾ ਅਤੇ ਫਿਰ ਪੰਜਾਬੀ ਵਿੱਚ ਉਹਦਾ ਅਲੱਥਾ ਕਰਕੇ ਲੋਕਾਂ ਨੂੰ ਦੱਸਦਾ। ਲੋਕ ਨੇੜੇ ਕੰਨ ਕਰਕੇ ਗੇਬੂ ਦੀਆਂ ਗੱਲਾਂ ਸੁਣਦੇ। ਕੋਈ ਜਣਾ ਵਿੱਚੋਂ ਹੀ ਬੋਲ ਪੈਂਦਾ, ਢੇਕੇ ਆਜ਼ਾਦੀ ਦੇ, ਦੁਨੀਆ ਮਰਵਾ ਕੇ ਰੱਖਤੀ ਨਾ ਦੋਵੇਂ ਪਾਸੇ। ਉਹਨਾਂ ਦਿਨਾਂ ਵਿੱਚ ਗੇਬੂ ਪਿੰਡ ਵਿੱਚ ਸਭ ਤੋਂ ਵੱਧ ਪੜ੍ਹਿਆ ਲਿਖਿਆ ਬੰਦਾ ਲੱਗਦਾ, ਜਿਹਨੂੰ ਇੰਨਾ ਗਿਆਨ ਸੀ, ਜਿਹੜਾ ਐਨ ਕੁਝ ਮੂੰਹੋਂ ਬੋਲ ਕੇ ਦੱਸ ਸਕਦਾ ਸੀ। ਅਖਬਾਰ ਤਾਂ ਰੂਪਚੰਦ ਵੀ ਪੜ੍ਹਦਾ ਸੀ। ਉਹਨਾਂ ਦਿਨਾਂ ਵਿੱਚ ਡਾਕ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਸੀ। ਤਪਾ ਮੰਡੀ ਤੋਂ ਨਿੱਤ ਡਾਕ ਦਾ ਥੈਲਾ ਆਉਂਦਾ ਸੀ ਤੇ ਜਾਂਦਾ ਸੀ। ਸੋ ਦੋਸਤੋ, ਇਹ ਸੀ ਰਾਮ ਸਰੂਪ ਅਣਖੀ ਦੇ ਨਾਵਲ 1240 ਦਾ ਅਗਲਾ ਭਾਗ। ਸੋ ਤੁਹਾਨੂੰ ਇਹ ਐਪੀਸੋਡ ਕਿਸ ਤਰ੍ਹਾਂ ਦਾ ਲੱਗਿਆ ਤਾਂ ਆਪਣੇ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ। ਸੋ ਬਹੁਤ ਬਹੁਤ ਸ਼ੁਕਰੀਆ ਦੋਸਤੋ, ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।